ਇਨਸ਼ਾਅੱਲਾ ਕਿਹਦੇ ਨਾਲ ਦੇਖ ਦੋ ਅਕਾਲੀ ਦਲ ਨਾਲ ਟੱਕਰ ਹੈ ਪੂਰੀ ਪਰ ਇਹਨਾਂ ਦੀ ਨੀਂਦ ਚੋਰਾਂ ਦੀ ਉੱਡੀ ਪਈ ਆ ਸੁਖਬੀਰ ਦਾ ਬਾਦਲ ਲੜ ਕੇ ਰਾਤ ਨੂੰ ਵੀ ਬੁੜਕ ਬੁੜ ਕੁੱਟਦੇ ਆ ਵੀ ਹਾਏ ਝਾੜੂ ਹਾਏ ਝਾੜੂ ਮੈਂ ਕਿਹਾ ਮੀਂਹ ਤੇ ਰੇੜੀ ਵਾਲਾ ਹੈਗਾ ਨਹੀਂ ਹੈਗਾ ਪਰ ਤੈਨੂੰ ਰੇੜੀ ਵਾਲੇ ਚੇਤੇ ਜ਼ਰੂਰ ਕਰਾਤੇ ਤੇ ਪੰਜਾਬ ਦੇ ਵਿੱਚ ਵੀ ਜਿੱਦਣ ਆਮ ਆਦਮੀ ਪਾਰਟੀ ਆ ਗਈ 10 ਮਾਰਚ ਨੂੰ ਮੁੜ ਕੇ ਘੱਟੋ ਘੱਟ 25 ਸਾਲ ਕਿਸੇ ਸਰਕਾਰ ਦੀ ਵਾਰੀ ਨਹੀਂ ਅੱਜ ਕਿਹੜੇ ਕਿਹੜੇ ਕਲਾਕਾਰ ਆਏ ਵੱਡੀ ਰੈਲੀ 'ਚ ਪੂਰਾ ਹੰਗਾਰਾ ਤੁਹਾਨੂੰ ਭਰੇ ਅਮਰਤ ਮੇਰਾ ਕਲਾਸਮੇਟ ਆ ਦੋਸਤ ਹੈ ਸ਼ੇਰੋ ਵਾਲੇ ਮੱਟ ਭਰਾ ਸਾਰੇ ਢਿੱਲੋਂ ਵਾਲੇ ਸਾਡੇ ਮਿੱਤਰ ਨੇ ਦੋਸਤ ਨੇ ਮੈਂ ਕਿਹਾ ਜੀ ਸਾਡੀ ਮੁੱਦਿਆਂ ਦੀ ਲੜਾਈ ਆ ਸਾਡੀ ਇਹ ਕੋਈ ਲੜਾਈ ਨਹੀਂ ਮੈਂ ਫਲਾਣੇ ਨੂੰ ਪੁੱਠਾ ਟੰਗੂ ਜਿਵੇਂ ਸਿੱਧੂ ਅਤੇ ਮਜੀਠੀਆ ਤੋਂ ਕੱਢੀ ਜਾਂਦਾ ਫਲਾਣੇ ਨੂੰ ਪੁੱਠਾ ਟੰਗੂ ਪ੍ਰੋਗਰਾਮ ਆ ਗਿਆ ਨੇਤਾ ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਪਹੁੰਚੇ ਹੋਏ ਬਰਨਾਲੇ ਦੀ ਧਰਤੀ 'ਤੇ ਜਿੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਮੀਦਵਾਰ ਨੇ ਪੂਰਾ ਜੋਸ਼ ਆ ਲੋਕਾਂ ਦੇ ਵਿੱਚ ਗੱਲ ਕਰਦੇ ਹਾਂ ਪ੍ਰਧਾਨ ਜੀ ਕਿਹੜੇ ਕਿਹੜੇ ਮੁੱਦੇ ਆ ਇਸ ਹਲਕੇ ਦੇ ਦੇਖੋ ਜੀ ਮੁੱਦੇ ਤਾਂ ਬਾਕੀ ਸਾਰੇ ਪੰਜਾਬ ਦੇ ਇੱਕੋ ਨੇ ਬੇਰੁਜ਼ਗਾਰੀ ਵੱਡਾ ਵੱਡਾ ਮੁੱਦਾ ਪੰਜਾਬ ਦਾ ਅੱਜ ਨਸ਼ੇ ਵੱਡਾ ਮੁੱਦਾ ਹੈਗਾ ਅਤੇ ਮਾਫੀਆ ਜਿਹੜਾ ਸਾਰੇ ਪੰਜਾਬ ਚੱਲਦਾ ਉਹ ਮਾਫੀਆ ਇੱਥੇ ਵੀ ਚੱਲਦਾ ਸੋ ਅਸੀਂ ਦਿੱਲੀ 'ਚ ਵੀ ਮਾਫੀਆ ਖਤਮ ਕਰਕੇ ਉਹ ਪੈਸਾ ਸਰਕਾਰ ਦੇ ਖਾਤੇ 'ਚ ਲਿਆ ਕੇ ਸਕੂਲ ਬਣਾਏ ਹੌਸਪੀਟਲ ਬਣਾਏ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਅਤੇ ਇੱਥੇ ਵੀ ਉਹ ਸਾਰੇ ਮਸਲੇ ਆ ਜਿਹੜੇ ਉਸੇ ਤਰ੍ਹਾਂ ਮਾਫੀ ਦਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਆਊਗਾ ਅਤੇ ਉਸੇ ਪੈਸੇ ਨਾਲ ਪੰਜਾਬ ਦੇ ਮਸਲੇ ਵੀ ਹੱਲ ਹੋਣਗੇ ਸਕੂਲ ਵੀ ਬਣਨਗੇ ਹੌਸਪੀਟਲ ਵੀ ਬਣਨਗੇ ਅਤੇ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਵੀ ਦੇਵਾਂਗੇ ਅਤੇ ਉਹਦੇ ਨਾਲ ਨਾਲ ਜਿਹੜੇ ਸਾਡੇ ਬਰਨਾਲੇ ਦੇ ਮੁੱਦੇ ਨੇ ਕਿਉਂਕਿ ਸਾਡੇ ਜਿਹੜਾ ਬਰਨਾਲੇ ਦਾ ਹੌਸਪੀਟਲ ਹੈ ਨਾ ਦਰਸ਼ਨ ਜੀ ਉਹ ਇਕੱਲਾ ਰੈਫਰ ਸੈਂਟਰ ਹੈ ਆਲੇ ਦੁਆਲੇ ਮੈਨੂੰ ਲੱਗਦਾ 70-80 ਕਿਲੋਮੀਟਰ 'ਤੇ ਕੋਈ ਵੀ ਹੌਸਪੀਟਲ ਨਹੀਂ ਹੈਗਾ ਇੱਥੇ ਮੇਰੀ ਬਰਨਾਲੇ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈ ਕਿ ਬਰਨਾਲੇ ਮੈਡੀਕਲ ਕਾਲਜ ਆ ਜਿਹੜਾ ਉਹ ਵੀ ਲਿਆਂਦਾ ਜਾਊਗਾ ਅਤੇ ਉਹਦੇ ਨਾਲ ਨਾਲ ਇੱਥੇ ਇੱਕ ਸਪੋਰਟਸ ਕੰਪਲੈਕਸ ਵੀ ਬਣਾਇਆ ਜਾਊਗਾ ਅਤੇ ਇੱਕ ਫੋਕਲ ਪੁਆਇੰਟ ਵਾਲੇ ਦੁਆਲੇ ਸਾਰੇ ਜ਼ਿਲ੍ਹਿਆਂ 'ਚ ਇਕੱਲੇ ਬਰਨਾਲੇ 'ਚ ਨਹੀਂ ਫੋਕਲ ਪੁਆਇੰਟ ਵੀ ਜਿਹੜਾ ਉਹ ਬਰਨਾਲੇ ਲਿਆਂਦਾ ਜਾਊਗਾ ਅਤੇ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਕਿਹੜਾ ਕੈਂਡੀਡੇਟ ਤੁਹਾਡੇ ਬਰਾਬਰ ਹੈ ਸਾਡਾ ਮੁਕਾਬਲਾ ਭ੍ਰਿਸ਼ਟਾਚਾਰ ਨਾਲ ਹੈ ਬੇਈਮਾਨੀ ਨਾਲ ਹੈ ਪੰਜਾਬ 'ਚੋਂ ਚਿੱਟਾ ਖਤਮ ਕਰਨਾ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਮਾਫੀਆ ਖਤਮ ਕਰਨਾ ਜਿਹੜਾ ਸਾਡਾ ਇੱਕ ਨੰਬਰ ਦਾ ਸੂਬਾ ਅੱਜ 22ਵੇਂ ਨੰਬਰ 'ਤੇ ਚਲਾ ਗਿਆ ਉਹਨੂੰ ਦੁਬਾਰਾ ਇੱਕ ਨੰਬਰ ਦਾ ਸੂਬਾ ਫਿਰ ਵੀ ਲੋਕਾਂ ਤੋਂ ਫੀਡਬੈਕ ਮਿਲਿਆ ਕਿ ਅਕਾਲੀ ਦਲ ਨਾਲ ਟੱਕਰ ਹੈ ਪੂਰੀ ਮੈਂ ਕਿਹਾ ਜੀ ਇਹ ਤਾਂ 10 ਮਾਰਚ ਨੂੰ ਪਤਾ ਲੱਗੂਗਾ ਤਿੰਨਾਂ ਦੀਆਂ ਵੋਟਾਂ ਇੱਕ ਪਾਸੇ ਹੋਣਗੀਆਂ ਅਤੇ ਆ ਜਿਹੜੇ ਲੋਕ ਹੁਣੇ ਤੁਸੀਂ ਦੇਖ ਲਓ ਵੀ ਫੈਸਲਾ ਕਰੀ ਬੈਠੇ ਇਹਨਾਂ ਦੀਆਂ ਵੋਟਾਂ ਇੱਕ ਪਾਸੇ ਹੋਣਗੀਆਂ ਆਮ ਆਦਮੀ ਪਾਰਟੀ ਵੱਲ ਲੋਕ ਭਰ ਸਕਦੇ ਨੇ ਪਰ ਲੋਕ ਇੱਕ ਸਵਾਲ ਕਰਦੇ ਨੇ ਕਿ ਅੱਧੇ ਰਹਿ ਗਏ 5 ਸਾਲ ਪਹਿਲਾਂ ਜਿਹੜੇ ਜਿੱਤੇ ਸੀ ਆਪ ਨਾਲ ਅੱਧੇ ਰਹਿ ਗਏ ਉਹਦਾ ਕੀ ਹਾਲ ਸੋਚਿਆ ਇਸ ਵਾਰੀ ਦੇਖੋ ਜੀ ਹੁਣ ਤੁਸੀਂ ਕਿਸੇ 'ਤੇ ਮੀਟਰ ਲੱਗਦਾ ਦੇਖ ਨਹੀਂ ਸਕਦੇ ਭਾਈ ਇਹ ਬੰਦਾ ਬੇਈਮਾਨ ਹੈ ਕਿ ਇਮਾਨਦਾਰ ਹੈ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਬੜਾ ਅੱਛਾ ਹੰਗਾਰਾ ਹੈ ਅਸੀਂ ਦਿੱਲੀ 'ਚ ਵੀ ਲਗਾਤਾਰ 3 ਸਰਕਾਰਾਂ 'ਚ ਲੱਗ ਕੇ ਦਿਖਾਤੀਆਂ ਅਤੇ ਲੋਕ ਦੁਬਾਰਾ ਦੁਬਾਰਾ ਸਾਨੂੰ ਲੈ ਕੇ ਆਉਂਦੇ ਆ ਅਤੇ ਪੰਜਾਬ ਦੇ ਵਿੱਚ ਵੀ ਜਿੱਦਣ ਆਮ ਆਦਮੀ ਪਾਰਟੀ ਆ ਗਈ 10 ਮਾਰਚ ਨੂੰ ਮੁੜ ਕੇ ਘੱਟੋ ਘੱਟ 25 ਸਾਲ ਕਿਸੇ ਸਰਕਾਰ ਦੀ ਵਾਰੀ ਨਹੀਂ ਆਉਂਦੀ ਪੰਜਾਬ ਲੈਵਲ 'ਤੇ ਕਿਹੜੀ ਧਿਰ ਨਾਲ ਤੁਹਾਡੀ ਟੱਕਰ ਹੈ ਪੰਜਾਬ ਲੈਵਲ 'ਤੇ ਮੈਂ ਕਿਹਾ ਜੀ ਸਾਡੀ ਮੁੱਦਿਆਂ ਦੀ ਲੜਾਈ ਆ ਸਾਡੀ ਇਹ ਕੋਈ ਲੜਾਈ ਨਹੀਂ ਮੈਂ ਫਲਾਣੇ ਨੂੰ ਪੁੱਠਾ ਟੰਗੂ ਜਿਵੇਂ ਸਿੱਧੂ ਅਤੇ ਮਜੀਠੀਆ ਤੋਂ ਕੱਢੀ ਜਾਂਦਾ ਫਲਾਣੇ ਨੂੰ ਪੁੱਠਾ ਟੰਗੂ ਸਾਡੀ ਲੜਾਈ ਇੱਕੋ ਹੈ ਕਿ ਸਕੂਲ ਠੀਕ ਕਰਨੇ ਆ ਬੱਚਿਆਂ ਨੂੰ ਪੜ੍ਹਾਉਣਾ ਹਸਪਤਾਲ ਠੀਕ ਕਰਨੇ ਆ ਇਲਾਜ ਕਰਨਾ ਅਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਇਹ ਸਾਡੇ 3 ਮੁੱਦੇ ਭਾਜਪਾ ਵਾਲੇ ਕਹਿੰਦੇ ਸੋਚਦੇ ਆ ਕਿ ਆਪ ਨੂੰ ਪਿੱਛੇ ਰੱਖਣਾ ਉਹ ਅੰਦਰ ਖਾਤੇ ਕਹਿੰਦੇ ਅਕਾਲੀ ਦਲ ਦੀ ਮਦਦ ਕਰ ਸਕਦੇ ਆ ਤਿੰਨੇ ਸੋਚਦੇ ਆ ਇਕੱਲੇ ਭਾਜਪਾ ਵਾਲੇ ਸੋਚਦੇ ਆ ਤਿੰਨੇ ਅਕਾਲੀ ਕਹਿੰਦਾ ਸਾਨੂੰ ਨਹੀਂ ਪਾਉਣੀ ਕਾਂਗਰਸ ਭਾਜਪਾ ਨੂੰ ਪਾ ਦਿਓ ਕਾਂਗਰਸ ਕਹਿੰਦੀ ਆ ਸਾਨੂੰ ਨਹੀਂ ਪਾਉਣੀ ਅਕਾਲੀ ਦਲ ਦੇ ਬੀਜੇਪੀ ਨੂੰ ਪਾ ਦਿਓ ਅਤੇ ਬੀਜੇਪੀ ਕਹਿੰਦੀ ਆ ਸਾਨੂੰ ਨਹੀਂ ਪਾਉਣੀ ਅਕਾਲੀ ਦਲ ਜਾਂ ਕਾਂਗਰਸ ਪਾ ਦਿਓ ਤਿੰਨਾਂ ਦੀ ਇੱਕੋ ਲੜਾਈ ਆ ਵੀ ਆਮ ਆਦਮੀ ਪਾਰਟੀ ਨੇ ਆਉਣੀ ਚਾਹੀਦੀ ਇਹਦਾ ਹੱਲ ਕੀ ਸੋਚਿਆ ਫਿਰ ਜਿਹੜਾ ਤੁਹਾਡੇ ਕੋਲ ਫੀਡਬੈਕ ਆ ਕਿ ਤੁਹਾਨੂੰ ਸਾਰੇ ਹੈਰਾਨ ਹਾਲੇ ਤਾਂ ਲੋਕ ਸੋਚੀ ਬੈਠੇ ਆ ਬਿਨਾਂ ਤਿੰਨਾਂ ਦੇ ਨਾਲੋਂ ਇਕੱਲੇ ਹੀ ਝਾੜੂ ਨੂੰ ਵੋਟ ਵੱਧ ਪਾਉਣੀ ਆ ਅੱਜ ਕਿਹੜੇ ਕਿਹੜੇ ਕਲਾਕਾਰ ਆਏ ਵੱਡੀ ਰੈਲੀ 'ਚ ਪੂਰਾ ਹੰਗਾਰਾ ਤੁਹਾਨੂੰ ਭਰੇ ਇਹ ਕਲਾਕਾਰ ਨਹੀਂ ਸਾਡੇ ਭਰਾ ਨੇ ਕਲਾਕਾਰ ਤਾਂ ਚਲੋ ਹੈਗੇ ਆ ਵੱਡਾ ਨਾਮ ਹੈ ਇਹਨਾਂ ਦਾ ਪਰਿੰਦਰ ਜੀ ਠੀਕ ਹੋ ਅਮਰਤ ਮੇਰਾ ਕਲਾਸਮੇਟ ਆ ਦੋਸਤ ਹੈ ਸ਼ੇਰੋ ਵਾਲੇ ਮੱਟ ਭਰਾ ਸਾਰੇ ਢਿੱਲੋਂ ਵਾਲੇ ਸਾਡੇ ਮਿੱਤਰ ਨੇ ਦੋਸਤ ਨੇ ਇਹ ਵੀ ਸਰਬਾਮਾਨ ਇਹ ਵੀ ਲੋਕ ਸਾਰੇ ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਹਮੇਸ਼ਾ ਇਹਨੇ ਤੁਸੀਂ ਵੀਡੀਓਜ਼ ਦੇਖੋ ਹਮੇਸ਼ਾ ਕੋਈ ਸਰਕਾਰ ਹੋਵੇ ਕੋਈ ਕੁਛ ਹੋਵੇ ਇਹ ਹਮੇਸ਼ਾ ਸੱਚ ਦੇ ਪਹਿਰਾ ਦੇ ਨਾਲ ਲੋਕ ਨੇ ਅੱਜ ਸੱਚ ਦੀ ਲੜਾਈ 'ਚ ਸਾਰੇ ਸਾਥ ਦੇ ਲਈ ਪਹੁੰਚੇ ਸਵਾਲ ਇਹਨਾਂ ਦਿਨਾਂ 'ਚ ਦਿਨ ਰਾਤ ਇੱਕ ਹੋ ਜਾਂਦਾ ਕਿੰਨਾ ਕੁ ਟਾਈਮ ਸੌਣ ਨੂੰ ਮਿਲਦਾ ਤੁਹਾਨੂੰ ਨੀਂਦ ਕਿੰਨਾ ਕੁ ਟਾਈਮ ਇਹ ਤਾਂ ਤੁਸੀਂ ਮੇਰੀ ਅੱਖਾਂ ਦੇਖ ਕੇ ਦੱਸ ਸਕਦੇ ਹੋ ਵੀ ਕਿੰਨਾ ਕੁ ਸੌਂਦੇ ਹਾਂ ਪਰ ਅਸੀਂ ਸੌਈਏ ਨਾ ਸੌਈਏ ਪਰ ਇਹਨਾਂ ਦੀ ਨੀਂਦ ਚੋਰਾਂ ਦੀ ਉੱਡੀ ਪਈ ਆ ਸੁਖਬੀਰ ਦਾ ਬਾਦਲ ਲੜ ਕੇ ਰਾਤ ਨੂੰ ਵੀ ਬੁੜਕ ਬੁੜ ਕੁੱਟਦੇ ਆ ਵੀ ਹਾਏ ਝਾੜੂ ਹਾਏ ਝਾੜੂ ਅੱਜ ਬਰਨਾਲੇ ਆਇਆ ਸੀ ਅਤੇ ਕਹਿੰਦਾ ਮੀਤ ਕਿਹੜਾ ਰੇਹੜੀ ਵਾਲਾ ਵੀ ਉਹਨੂੰ ਟਿਕਟ ਦੇਤੀ ਇਹ ਕਿਹੜਾ ਆਮ ਆਦਮੀ ਹੈ ਮੈਂ ਕਿਹਾ ਮੀਤ ਰੇਹੜੀ ਵਾਲਾ ਹੈਗਾ ਨਹੀਂ ਹੈਗਾ
पर तेनू रेहड़ी वाले चेते जरूर कराते, तू गड्डियां रोक रोक कदे जूस पीना कदे जलेबियां कढ़दा, अगे तू रेहड़ी वाले बंदे नहीं समझदा सीगा। ये जे थोनू घर वाली हरसिमरत कौर बादल जी जे वो अज नरमा चुगन लाया तो आम आदमी पार्टी लाया, जे तुसी रेहड़ी वाले कोल आउण लाए तो आम आदमी पार्टी लाया। नींद तुहानू वी घट आ रही है, दूजियां दी वी नींद हराम करती, मतलब असीं तां मेहनत कर रहे हां। फसा सकदे आ कांग्रेस काली नहीं, रात एक बजे तक लगे जाने, सवेरे पांच बजे शुरू हो जाने, पर उन्होंने क्योंकि मीटिंगां दा प्रोग्राम कोई बहुते है नहीं, वेले तो सत्त बजे दिन हो जाते हैं, पर उदू बाद डर करके नींद नहीं आती। सो इस अमित हर जो बरनाला विधानसभा हल्के के आप के उम्मीदवार ने, इन्होंने स्पष्ट किया कि उन्होंने विरोधियों की नींद हराम कर दी है। कैमरामैन नरेंद्र के नाल दर्शन सिंह खोखर बरनाला।